ਇੰਟਰਨੈਟ ਆਧਾਰਿਤ ਯੰਤਰਾਂ ਦੀ ਲੱਤ ਨੂੰ ਲੈ ਕੇ ਲੰਬੇ ਸਮੇਂ ਤੋਂ ਚਿੰਤਾ ਪ੍ਰਗਟਾਈ ਜਾ ਰਹੀ ਹੈ। ਡੰਡੀ ਖਾਸ ਤੌਰ ਤੇ ਸਮਾਰਟਫੋਨ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਦੇ ਵਧਣ ਤੋਂ ਬਾਅਦ ਨੌਜਵਾਨਾਂ ਵਿੱਚ ਇਸ ਦੀ ਲੱਤ ਵਧਣ ਦੇ ਕਾਰਨ ਕਈ ਸਰੀਰਕ ਅਤੇ ਮਾਨਸਿਕ ਵਿਕਾਰ ਦੇਖੇ ਗਏ ਹਨ। ਡੰਡੀ ਇਹਨਾਂ ਬਿਮਾਰੀਆਂ ਦੇ ਇਲਾਜ ਲਈ ਵਿਸ਼ਵ ਭਰ ਦੇ ਵਿਸ਼ੇਸ਼ ਹਸਪਤਾਲਾਂ ਵਿੱਚ ਵੱਖਰੇ ਵਿਭਾਗ ਖੋਲ੍ਹੇ ਗਏ ਹਨ। ਡੰਡੀ ਸਕੂਲਾਂ ਕਾਲਜਾਂ ਵਿੱਚ ਬੱਚਿਆਂ ਨੂੰ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਦੇ ਉਪਾਅ ਸਿਖਾਏ ਜਾਂਦੇ ਹਨ। ਡੰਡੀ ਪਰ ਚਿੰਤਾ ਦੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਦਾ ਇਹ ਭੁਸ ਖੱਟਣ ਦੀ ਬਜਾਏ ਭਿਆਨਕ ਰੂਪ ਧਾਰਨ ਕਰ ਰਿਹਾ ਹੈ। ਡੰਡੀ ਇੱਕ ਨਵਾਂ ਅਧਿਐਨ ਸੁਝਾਅ ਦਿੰਦਾ ਹੈ ਕਿ ਬਹੁਤ ਸਾਰੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਤੇ ਉਹਨਾਂ ਦੀ ਕਿਸੇ ਤਸਵੀਰ ਜਾਂ ਟਿੱਪਣੀ ਤੇ ਲਾਈਕਸ ਨੂੰ ਨਸ਼ੇ ਦੇ ਸਰੂਰ ਵਰਗੀ ਖੁਸ਼ੀ ਮਿਲਦੀ ਹੈ। ਡੰਡੀ ਜ਼ਾਹਿਰ ਹੈ ਇਸੇ ਲਈ ਉਹ ਸੋਸ਼ਲ ਮੀਡੀਆ ਤੇ ਲਗਾਤਾਰ ਛਾਏ ਰਹਿੰਦੇ ਹਨ। ਡੰਡੀ ਇਸ ਤੋਂ ਪਹਿਲਾਂ ਦੇ ਅਧਿਐਨ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਨਾਲ ਨੌਜਵਾਨਾਂ ਅਤੇ ਕਿਸ਼ੋਰਾਂ ਦੇ ਦਿਮਾਗ ਵਿੱਚ ਪੈਦਾ ਹੋਣ ਵਾਲੇ ਖੁਸ਼ੀ ਦੇ ਰਸਾਇਣਾਂ ਦਾ ਪ੍ਰਵਾਹ ਵੱਧਦਾ ਹੈ, ਜਿਸ ਨਾਲ ਉਹਨਾਂ ਨੂੰ ਖੁਸ਼ੀ ਮਿਲਦੀ ਹੈ। ਡੰਡੀ ਪਰ ਨੌਜਵਾਨ ਇਹ ਅੰਦਾਜ਼ਾ ਲਗਾਉਣ ਤੋਂ ਅਸਮਰਥ ਹਨ ਕਿ ਇਹ ਖੁਸ਼ੀ ਉਹਨਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਤੇ ਕਿੰਨਾ ਬੁਰਾ ਪ੍ਰਭਾਵ ਪਾਉਂਦੀ ਹੈ। ਡੰਡੀ ਹੁਣ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਹਨ ਜਿੱਥੇ ਨੌਜਵਾਨ ਅਤੇ ਕਿਸ਼ੋਰ ਆਪਣੀ ਪਸੰਦ ਦੀਆਂ ਗਤੀਵਿਧੀਆਂ ਕਰ ਸਕਦੇ ਹਨ। ਡੰਡੀ ਜ਼ਿਆਦਾਤਰ ਨੌਜਵਾਨ ਆਪਣੀਆਂ ਫੋਟੋਆਂ ਪੋਸਟ ਕਰਕੇ ਆਪਣੇ ਦੋਸਤਾਂ ਤੋਂ ਤਾਰੀਫ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਡੰਡੀ ਉਹਨਾਂ ਵਿੱਚੋਂ ਬਹੁਤ ਸਾਰੀਆਂ ਫੋਟੋਆਂ ਲਈ ਨੌਜਵਾਨ ਆਪਣੇ ਆਪ ਨੂੰ ਖਤਰਨਾਕ ਥਾਵਾਂ ਅਤੇ ਜੋਖਮ ਭਰੀਆਂ ਸਥਿਤੀਆਂ ਵਿੱਚ ਪਾਉਣ ਤੋਂ
ਰੋਕਣ ਵਿੱਚ ਅਸਮਰਥ ਹਨ। ਡੰਡੀ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਉਹਨਾਂ ਅੰਦਰ ਅਜਿਹਾ ਨਸ਼ਾ ਪੈਦਾ ਹੋ ਜਾਂਦਾ ਹੈ ਕਿ ਉਹ ਸਹੀ ਗਲਤ ਵਿੱਚ ਫਰਕ ਕਰਨ ਦੀ ਸੂਝ ਗੁਆ ਬੈਠਦੇ ਹਨ। ਡੰਡੀ ਸਮਾਰਟਫੋਨ ਤੇ ਲਗਾਤਾਰ ਗੇਮਾਂ ਖੇਡਣ, ਸੋਸ਼ਲ ਮੀਡੀਆ ਤੇ ਸਮਾਂ ਬਿਤਾਉਣ ਆਦਿ ਕਾਰਨ ਨੌਜਵਾਨਾਂ ਦੀਆਂ ਕੁਦਰਤੀ ਆਦਤਾਂ ਤੇ ਮਾੜਾ ਅਸਰ ਪੈਂਦਾ ਹੈ। ਡੰਡੀ ਉਹਨਾਂ ਦੀ ਨੀਂਦ ਘੱਟ ਜਾਂਦੀ ਹੈ। ਡੰਡੀ ਦੇਰ ਰਾਤ ਤੱਕ ਜਾਗਦੇ ਰਹੋ ਅਤੇ ਸਵੇਰੇ ਦੇਰ ਤੱਕ ਸੌਂਦੇ ਰਹੋ। ਡੰਡੀ ਕਿਤਾਬਾਂ ਪੜ੍ਹਨ ਦੀ ਆਦਤ ਬਹੁਤ ਤੇਜ਼ੀ ਨਾਲ ਖਤਮ ਹੋ ਰਹੀ ਹੈ। ਡੰਡੀ ਸਪਸ਼ਟ ਤੌਰ ਤੇ ਇਹ ਲੋੜੀਂਦੇ ਸਕੂਲੀ ਪਾਠਕ੍ਰਮ ਦੇ ਅਧਿਐਨ ਵਿੱਚ ਵਿਘਨ ਪਾਉਂਦਾ ਹੈ ਅਤੇ ਕਈ ਵਿਹਾਰ ਸੰਬੰਧੀ ਸਮੱਸਿਆਵਾਂ ਵੱਲ ਖੜਦਾ ਹੈ। ਡੰਡੀ ਚਿੜਚਿੜਾਪਨ, ਇਕੱਲਤਾ, ਉਦਾਸੀ, ਹਿੰਸਕ ਪ੍ਰਵਿਰਤੀ, ਅਸੰਵੇਦਨਸ਼ੀਲਤਾ, ਸਮਾਜ ਤੋਂ ਦੂਰ ਹੋਣਾ ਆਦਿ ਮਾਨਸਿਕ ਵਿਕਾਰ ਹੁਣ ਨੌਜਵਾਨਾਂ ਵਿੱਚ ਆਮ ਹੋ ਗਏ ਹਨ। ਡੰਡੀ ਇਸ ਨੂੰ ਦੂਰ ਕਰਨ ਲਈ ਕਈ ਉਪਾਅ ਕੀਤੇ ਜਾ ਰਹੇ ਹਨ, ਪਰ ਸਮੱਸਿਆ ਇਹ ਹੈ ਕਿ ਜਦੋਂ ਤੱਕ ਨੌਜਵਾਨ ਖੁਦ ਇਸ ਗੱਲ ਦਾ ਅਹਿਸਾਸ ਨਹੀਂ ਕਰਦੇ ਅਤੇ ਇਸ ਨਸ਼ੇ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਕੋਈ ਵੀ ਉਪਾਅ ਕਾਰਗਰ ਸਾਬਤ ਨਹੀਂ ਹੁੰਦਾ। ਡੰਡੀ ਆਮ ਤੌਰ ਤੇ ਬੱਚਿਆਂ ਨੂੰ ਅਨੁਸ਼ਾਸਨ ਦੇਣਾ ਮਾਪਿਆਂ ਦੀ ਜ਼ਿੰਮੇਵਾਰੀ ਸਮਝੀ ਜਾਂਦੀ ਹੈ। ਡੰਡੀ ਲਓ ਜੀ, ਇੱਥੇ ਆਪਣੀ ਜਿਹੜੀ ਡਿਕਟੇਸ਼ਨ ਸੀ ਕੰਪਲੀਟ ਹੋ ਗਈ ਹੈ। 85 ਵਰਡ ਪਰ ਮਿੰਟ ਦੀ ਡਿਕਟੇਸ਼ਨ ਸੀ। ਜੇਕਰ ਤੁਹਾਨੂੰ ਡਿਕਟੇਸ਼ਨ ਵਧੀਆ ਲੱਗਦੀ ਹੈ ਤਾਂ ਪਲੀਜ਼ ਚੈਨਲ ਸਬਸਕ੍ਰਾਈਬ, ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਿਓ। ਇਸੇ ਤਰ੍ਹਾਂ ਤੁਹਾਨੂੰ ਹੋਰ ਵੀ ਡਿਕਟੇਸ਼ਨ ਜਿਹੜੀਆਂ ਮਿਲਦੀਆਂ ਰਹਿਣਗੀਆਂ ਸਾਡੇ ਚੈਨਲ ਨਾਲ, ਬਣੇ ਰਹੋ। ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।